ਗੁੱਡ ਈਵਨਿੰਗ एवरीवन ਸਵਾਗਤ ਹੈ ਜੀ ਤੁਹਾਡੇ ਸਾਰਿਆਂ ਦਾ ਤੁਹਾਡੇ ਆਪਣੀ YouTube ਚੈਨਲ ਇਟਸ ਜੀਕੇ ਗੁਰੂਜੀ ਤੇ ਹਾਂਜੀ ਸਭ ਤੋਂ ਪਹਿਲਾਂ ਜਿਹੜੇ ਵੀ ਸਾਥੀ ਲਾਈਵ ਹੋਏ ਨੇ ਉਹਨਾਂ ਸਾਰਿਆਂ 'ਗੇ ਮੇਰੀ ਇੱਕ ਛੋਟੀ ਜੀ ਰਿਕੁਐਸਟ ਹੈ ਕਿ ਪਲੀਜ਼ ਇੱਕ ਵਾਰੀ ਇਸ ਸੈਸ਼ਨ ਨੂੰ ਆਪਣੇ ਸਾਥੀਆਂ ਦੇ ਨਾਲ ਸ਼ੇਅਰ ਕਰ ਦਿਓ ਹਾਂਜੀ ਜਲਦੀ ਤੋਂ ਜਲਦੀ ਆਪਣੀ ਇਮਾਨਦਾਰੀ ਨਾਲ ਇਸ ਸੈਸ਼ਨ ਨੂੰ ਆਪਣੇ ਸਾਥੀਆਂ ਦੇ ਨਾਲ WhatsApp Instagram Facebook ਜਿੱਥੇ ਵੀ ਤੁਸੀਂ ਸ਼ੇਅਰ ਕਰਨਾ ਚਾਹੁੰਦੇ ਹੋ ਇੱਕ ਵਾਰ ਆਪਣੇ ਇਮਾਨਦਾਰੀ ਨਾਲ ਸ਼ੇਅਰ ਕਰ ਦਿਓ ਤਾਂ ਜੋ ਤੁਹਾਡੇ ਫਰੈਂਡ ਵੀ ਇਸ ਕੁイズ ਨੂੰ ਜੁਆਇਨ ਕਰ ਸਕਣ ਹਾਂਜੀ ਅੱਜ ਦੀ ਕੁイズ ਵਿੱਚ ਹਰੇਕ ਕੁਐਸ਼ਨ ਲਈ ਤੁਹਾਨੂੰ 5 ਸੈਕਿੰਡ ਦਾ ਸਮਾਂ ਮਿਲੇਗਾ ਉਸ ਤੋਂ ਬਾਅਦ ਉਸ ਕੁਐਸ਼ਨ ਦਾ ਆਨਸਰ ਮੈਂ ਤੁਹਾਨੂੰ ਦੱਸਾਂਗਾ ਤੇ ਵੀਡੀਓ ਦੇ ਐਂਡ ਵਿੱਚ ਤੁਸੀਂ ਆਪਣਾ ਸਕੋਰ ਜਰੂਰ ਦੱਸਣਾ ਜੀ ਕਮੈਂਟ ਕਰਕੇ ਸ਼ਟਾਰਟ ਕਰਦੇ ਹਾਂ ਜੀ ਫਰਸਟ ਕੁਐਸ਼ਨ ਆਪਣਾ ਹੈਗਾ ਕਿਹੜਾ ਨਾਚ ਸਿਰਫ ਪੁਰਸ਼ ਕਲਾਕਾਰ ਕਰਦੇ ਹਨ ਚਾਰ ਆਪਸ਼ਨ ਨੇ ਫਸਟ ਠੀਕ ਹੈ ਜੀ ਮੋहिनीअਟਮ ਸੈਕਿੰਡ ਦਿੱਤਾ ਜੀ ਕਥਕਲੀ ਥਰਡ ਹੈਗਾ ਮਣੀਪੁਰੀ ਤੇ ਫੋਰਥ ਹੈਗਾ ਜੀ ਕੋਚੀਪੁੜੀ ਤੁਹਾਡੇ ਕੋਲ 5 ਸੈਕਿੰਡ ਨੇ ਜੀ ਹਾਂਜੀ ਜਿਨ੍ਹਾਂ ਸਾਥੀਆਂ ਨੇ ਇਸ ਕੁਸ਼ਣ ਦਾ ਆਪਸ਼ਨ ਨੰਬਰ ਬੀ ਚੁਣਿਆ ਜੀ ਕਥਕਲੀ ਉਹਨਾਂ ਦਾ ਆਨਸਰ கரੈਕਟ ਹੋ ਜਾਵੇਗਾ ਹਾਂਜੀ ਕਿਹੜਾ ਨਾਚ ਸਿਰਫ ਪੁਰਸ਼ ਕਰਦੇ ਨੇ ਤਾਂ ਇਹਨਾਂ ਚਾਰਾਂ ਵਿੱਚੋਂ অপਸ਼ਨ ਨੰਬਰ B ਆਪਣਾ கரੈਕਟ ਹੈਗਾ ਕਥਕਲੀ ਹੁਣ ਆਪਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਥਕਲੀ ਕਿਹੜੇ ਜਿਹੜੇ ਰਾਜ ਦਾ ਨਾਚ ਹੈਗਾ ਤਾਂ ਇਹ ਹੈਗਾ ਜੀ ਕੇਰਲ ਦਾ ਇਸ ਤੋਂ ਇਲਾਵਾ ਬਾਕੀ ਦੇ ਤਿੰਨ অপਸ਼ਨ ਵੀ ਪੜ ਲੈਨੇ ਆ ਫਸਟ ਹੈਗਾ ਜੀ ਮੋਹਿਨੀ ਅਟਮ ਤਾਂ ਇਹ ਨਾਚ ਵੀ ਕੇਰਲ ਦਾ ਹੈਗਾ অপশন নাম্বার 3 ਦਿੱਤਾ ਹੈ ਜੀ ਮਨੀਪੁਰੀ ਤਾਂ ਮਨੀਪੁਰੀ ਮਨੀਪੁਰ ਦਾ ਨਾਚ ਹੈਗਾ ਤੇ 4th ਹੈਗਾ ਜੀ কুਚੀਪੁੜੀ ਤਾਂ ਕੁਚੀਪੁੜੀ ਜਿਹੜਾ ਨਾਚ ਹੈਗਾ ਇਹ ਹੈਗਾ ਜੀ ਆਂਧਰਾ ਪ੍ਰਦੇਸ਼ ਦਾ ਚਲਦੇ ਆਂ ਨੈਕਸਟ ਕੁਐਸਚਨ ਵੱਲ ਭਾਰਤ ਦੀ ਪਹਿਲੀ ਬਹੁ ਉਪਦੇਸ਼ੀ ਪ੍ਰੋਜੈਕਟ ਦਾ ਨਿਰਮਾਣ ਕਿਹੜੀ ਨਦੀ ਤੇ ਕੀਤਾ ਗਿਆ ਹਾਂਜੀ ਤੁਹਾਡੇ ਕੋਲ 5 ਸੈਕਿੰਡ ਦਾ ਸਮਾਂ ਹੈਗਾ ਜੀ ਇਸ ਕੁਐਸਚਨ ਨੂੰ ਸੋਲਵ ਕਰਨ ਦੇ ਲਈ ਹਾਂਜੀ ਜਿਨ੍ਹਾਂ ਸਾਥੀਆਂ ਨੇ ਇਸ ਕੁਸ਼ਣ ਦਾ অপਸ਼ਨ ਨੰਬਰ ਡੀ ਚੁਣਿਆ ਜੀ ਦਮੋਦਰ ਉਹਨਾਂ ਦਾ ਆਨਸਰ கரੈਕਟ ਹੋ ਜਾਵੇਗਾ ਭਾਰਤ ਦੀ ਪਹਿਲੀ ਬਹੁ ਉਪਦੇਸ਼ੀ ਪ੍ਰੋਜੈਕਟ ਦਾ ਨਿਰਮਾਣ ਕਿਹੜੀ ਨਦੀ ਤੇ ਕੀਤਾ ਗਿਆ ਤਾਂ ਉਹ ਕੀਤਾ ਗਿਆ ਜੀ ਦਮੋਦਰ ਨਦੀ ਤੇ ਹਾਂਜੀ ਇਸ ਤੋਂ ਇਲਾਵਾ ਤੁਹਾਨੂੰ ਕਈ ਪ੍ਰੋਜੈਕਟਾਂ ਮੈਂ ਯਾਦ ਹੋਣੀਆਂ ਚਾਹੀਦੀਆਂ ਨੇ ਜਿਵੇਂ ਕਿ ਭਾਗੜਾ ਨੰਗਲ ਪ੍ਰੋਜੈਕਟ ਤਾਂ ਇਹ ਹੈਗੀ ਜੀ ਸਤਲੁਜ ਨਦੀ ਤੇ ਦਮੋਦਰ ਕਾਟੀ ਪ੍ਰੋਜੈਕਟ ਇਹ ਹੈਗੀ ਜੀ ਦਮੋਦਰ ਨਦੀ ਤੇ ਪੱਛਮੀ ਬੰਗਾਲ ਵਿੱਚ ਨੈਕਸਟ ਇਹ ਹੈਗੀ ਜੀ ਹੀਰਾਕੁੰਡ ਪ੍ਰੋਜੈਕਟ ਇਹ ਹੈਗੀ ਜੀ ਮਹਾਨਦੀ ਤੇ ਉੜੀਸਾ ਵਿੱਚ ਨੈਕਸਟ ਦਿੱਤੀ ਹੈ ਜੀ ਚੰਬਲ ਪ੍ਰੋਜੈਕਟ ਤਾਂ ਚੰਬਲ ਪ੍ਰੋਜੈਕਟ ਚੰਬਲ ਨਦੀ ਤੇ ਹੈਗੀ ਹੈ ਇਸ ਤੋਂ ਇਲਾਵਾ ਵੀ ਕਾਫੀ ਇੰਪੋਰਟੈਂਟ ਨੇ ਜਿਵੇਂ ਕਿ ਤੁੰਗਪਧਰਾ ਪ੍ਰਯੋਜਨਾ ਤਾਂ ਇਹ ਤੁੰਗਪਧਰਾ ਨਦੀ ਤੇ ਹੈਗੀ ਹੈ ਨਾਗੌਰਜਨ ਪ੍ਰਯੋਜਨਾ ਤਾਂ ਇਹ ਹੈਗੀ ਜੀ ਕ੍ਰਿਸ਼ਨਾ ਨਦੀ ਤੇ ਆਂਧਰਾ ਪ੍ਰਦੇਸ਼ ਵਿੱਚ ਇਸ ਤੋਂ ਇਲਾਵਾ ਕੋਸੀ ਪ੍ਰਯੋਜਨਾ ਤਾਂ ਇਹ ਹੈਗੀ ਜੀ ਕੋਸੀ ਨਦੀ ਤੇ ਬਿਹਾਰ ਵਿੱਚ ਟੇਰੀ ਡੈਮ ਪ੍ਰਯੋਜਨਾ ਇਹ ਹੈਗੀ ਜੀ ਪਾਗਿਰਤੀ ਨਦੀ ਤੇ ਉੱਤਰਾਖੰਡ ਵਿੱਚ ਇਸੇ ਤਰ੍ਹਾਂ ਹੀ ਕਾਫੀ ਇੰਪੋਰਟੈਂਟ ਪ੍ਰਯੋਜਨਾਵਾਂ ਹੋਰ ਵੀ ਨੇ ਉਹ ਸਾਰੀਆਂ ਮੈਂ ਤੁਹਾਨੂੰ ਇੱਕ ਵੀਡੀਓ ਵਿੱਚ ਟਰਿਕ ਦੇ ਨਾਲ ਯਾਦ ਕਰਵਾ ਦਵਾਂਗਾ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਜੀ ਦੱਖਣੀ ਭਾਰਤ ਵਿੱਚ ਸਭ ਤੋਂ ਵੱਧ ਚਾਹ ਪੈਦਾ ਕਰਨ ਵਾਲਾ ਰਾਜ ਕਿਹੜਾ ਹੈਗਾ ਚਾਰ ਆਪਸ਼ਨ ਦਿੱਤੇ ਹੋਏ ਨੇ ਫਸਟ ਹੈਗਾ ਜੀ ਕੇਰਲ ਸੈਕਿੰਡ ਆਪਸ਼ਨ ਹੈਗਾ ਕਰਨਾਟਕ ਥਰਡ ਆਪਸ਼ਨ ਹੈਗਾ ਤਾਮਿਲਨਾਡੂ ਤੇ ਫੋਰਥ ਹੈਗਾ ਜੀ ਆਂਧਰਾ ਪ੍ਰਦੇਸ਼ ਹਾਂਜੀ ਜਿੰਨਾ ਸਾਥੀਆਂ ਨੇ ਇਸ ਕੁਐਸਚਨ ਦਾ ਆਪਸ਼ਨ ਨੰਬਰ ਸੀ ਚੁਣਿਆ ਜੀ ਤਾਮਿਲਨਾਡੂ ਉਹਨਾਂ ਦਾ ਆਨਸਰ ਕਰੈਕਟ ਹੋ ਜਾਵੇਗਾ ਹਾਂਜੀ ਦੱਖਣੀ ਭਾਰਤ ਵਿੱਚ ਸਭ ਤੋਂ ਵੱਧ ਚਾਹ ਪੈਦਾ ਕਰਨ ਵਾਲਾ ਰਾਜ ਕਿਹੜਾ ਹੈਗਾ ਜੀ ਤਾਮਿਲਨਾਡੂ ਹਾਂਜੀ ਸਭ ਤੋਂ ਜ਼ਿਆਦਾ ਪੈਦਾਵਾਰ ਅਸਮ ਵਿੱਚ ਹੁੰਦੀ ਹੈ ਚਾਹ ਉਤਪਾਦਨ ਦੇ ਵਿੱਚ ਭਾਰਤ ਦਾ ਦੁਨੀਆ ਵਿੱਚ ਪਹਿਲਾ ਸਥਾਨ ਹੈਗਾ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਚਾਹ ਨਿਰਯਾਤਕ ਉਤਪਾਦਕ ਤੇ ਖਪਤਕਾਰ ਦੇਸ਼ ਹੈ ਪ੍ਰਤੀ ਹੈਕਟੇਅਰ ਸਭ ਤੋਂ ਵੱਧ ਚਾ শ্রীলੰਕਾ ਉਤਪਾਦ ਕਰਦਾ ਹੈ ਜੀ ਤੇ ਭਾਰਤ ਸਭ ਤੋਂ ਵੱਧ ਚਾ ਇੰਗਲੈਂਡ ਨੂੰ ਨਿਰਯਾਤ ਕਰਦਾ ਹੈ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਭਾਰਤ ਵਿੱਚ ਆਪਰੇਸ਼ਨ ਫਲੱਡ ਦੀ ਸ਼ੁਰੂਆਤ ਕਦੋਂ ਹੋਈ ਤੁਹਾਡੇ ਕੋਲ 5 ਸੈਕਿੰਡ ਨੇ ਜੀ ਇਸ ਕੁਐਸਚਨ ਨੂੰ ਸੋਲਵ ਕਰਨ ਦੇ ਲਈ ਹਾਂਜੀ ਜਿੰਨਾ ਸਾਥੀਆਂ ਨੇ ਇਸ ਕੁਐਸਚਨ ਦਾ ਆਪਸ਼ਨ ਨੰਬਰ ਬੀ ਚੁਣਿਆ ਜੀ 1970 ਉਹਨਾਂ ਦਾ ਆਨਸਰ ਕਰੈਕਟ ਹੋ ਜਾਵੇਗਾ ਹਾਂਜੀ ਭਾਰਤ ਵਿੱਚ ਆਪਰੇਸ਼ਨ ਫਲੱਡ ਦੀ ਸ਼ੁਰੂਆਤ ਕਦੋਂ ਹੋਈ ਸੀ 1970 ਵਿੱਚ ਹੁਣ ਆਪਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਆਪਰੇਸ਼ਨ ਫਲੱਡ ਕਿਸ ਨਾਲ ਸੰਬੰਧਿਤ ਹੈਗਾ ਤਾਂ ਇਹ ਸੰਬੰਧਿਤ ਹੈਗਾ ਜੀ ਸਫੇਦ ਕ੍ਰਾਂਤੀ ਨਾਲ ਤੇ ਸਫੇਦ ਕ੍ਰਾਂਤੀ ਕਿਸ ਨਾਲ ਸੰਬੰਧਿਤ ਹੈਗੀ ਹੈ ਉਹ ਹੈਗੀ ਜੀ ਦੁੱਧ ਉਤਪਾਦਨ ਨਾਲ ਇਹਨਾਂ ਤੁਸੀਂ ਯਾਦ ਰੱਖਣਾ ਹੈ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਪਾਰਦਾ ਇੱਕੋ ਇੱਕ ਮੁਕਤ ਵਪਾਰ بندرਗਾਹ ਹੈ ਤੁਹਾਡੇ ਕੋਲ ਚਾਰ ਆਪਸ਼ਨ ਦਿੱਤੇ ਹੋਏ ਨੇ ਫਸਟ ਠੀਕ ਹੈ ਜੀ ਪਾਰਾਦੀਪ ਸੈਕਿੰਡ ਆਪਸ਼ਨ ਦਿੱਤਾ ਜੀ ਗੁਜਰਾਤ ਥਰਡ ਆਪਸ਼ਨ ਇਹ ਹੈ ਕਾਂਡਲਾ ਤੇ ਫੋਰਥ ਦਿੱਤਾ ਜੀ ਤੂਤੀ ਕੋਰਨ ਤੁਹਾਡੇ ਕੋਲ 5 ਸੈਕਿੰਡ ਨੇ ਜੀ ਹਾਂਜੀ ਜੇਕਰ ਤੁਸੀਂ ਇਸ ਕੁਐਸਚਨ ਦਾ ਆਪਸ਼ਨ ਨੰਬਰ ਸੀ ਚੁਣਦੇ ਹੋ ਜੀ ਕਾਂਡਲਾ ਤਾਂ ਤੁਹਾਡਾ ਆਨਸਰ ਕਰੈਕਟ ਹੋ ਜਾਵੇਗਾ ਹਾਂਜੀ ਭਾਰਤ ਦਾ ਇੱਕੋ ਇੱਕ ਮੁਕਤ ਵਪਾਰ ਬੰਦਰਗਾਹ ਕਿਹੜਾ ਹੈਗਾ ਜੀ ਕਾਂਡਲਾ ਹਾਂਜੀ ਕਾਂਡਲਾ ਬੰਦਰਗਾਹ ਗੁਜਰਾਤ ਵਿੱਚ ਅਰਬ ਸਾਗਰ ਦੇ ਕੰਢੇ ਤੇ ਸਥਿਤ ਹੈਗਾ ਤੇ ਇਹ ਇੱਕ ਜਵਾਰੀ ਬੰਦਰਗਾਹ ਹੈ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਜੀ ਨੈਕਸਟ ਕੁਐਸਚਨ ਹੈਗਾ ਹਿਮਾਲਿਆ ਪਰਬਤ ਦਾ ਜਨਮ ਕਿਹੜੇ ਸਮੁੰਦਰ ਤੋਂ ਹੋਇਆ ਚਾਰ অপਸ਼ਨ ਨੇ ਫਸਟ ਹੈਗਾ ਜੀ ਟੈਥਿਸ ਸੈਕਿੰਡ অপਸ਼ਨ ਹੈਗਾ ਪ੍ਰਸ਼ਾਂਤ ਮਹਾਸਾਗਰ ਥਰਡ অপਸ਼ਨ ਹੈਗਾ ਜੀ ਅੰਧਮਾ ਸਾਗਰ ਤੇ फोर्थ ਹੈਗਾ ਨਨ ਆਫ ðiਸ ਤੁਹਾਡੇ ਕੋਲ 5 ਸੈਕਿੰਡ ਦਾ ਸਮਾਂ ਹੈਗਾ ਜੀ ਹਾਂਜੀ ਜਿਨ੍ਹਾਂ ਸਾਥੀਆਂ ਨੇ ਇਸ ਕੁਐਸਚਨ ਦਾ ਆਪਸ਼ਨ ਨੰਬਰ A ਚੁਣਿਆ ਹੈ ਜੀ ਤੇਥ ਇਜ਼ ਉਹਨਾਂ ਦਾ ਆਨਸਰ ਕਰੈਕਟ ਹੋ ਜਾਂਦਾ ਹੈ ਨੈਕਸਟ ਕੁਐਸਚਨ ਵੱਲ ਚੱਲਦੇ ਆਂ ਆਪਣਾ ਨੈਕਸਟ ਕੁਐਸਚਨ ਦਿੱਤਾ ਹੋਇਆ ਜੀ ਵਾਯੂ ਮੰਡਲ ਵਿੱਚ ਸਭ ਤੋਂ ਵੱਧ ਪਾਈ ਜਾਣ ਵਾਲੀ ਅਕਿਰਿਆ ਗੈਸ ਕਿਹੜੀ ਹੈਗੀ ਹੈ ਚਾਰ ਆਪਸ਼ਨ ਨੇ ਫਸਟ ਹੈਗਾ ਜੀ ਨਾਈਟ੍ਰੋਜਨ ਸੈਕੰਡ ਆਪਸ਼ਨ ਹੈਗਾ ਹਾਈਡਰੋਜਨ ਥਰਡ ਆਪਸ਼ਨ ਹੈਗਾ ਜੀ ਹੀਲੀਅਮ ਤੇ ਫੋਰਥ ਹੈਗਾ ਆਰਗਨ ਹਾਂਜੀ ਜਿੰਨਾ ਸਾਥੀਆਂ ਨੇ ਇਸ ਕੁਐਸਚਨ ਦਾ ਆਪਸ਼ਨ ਨੰਬਰ ਡੀ ਚੁਣਿਆ ਜੀ ਆਰਗਨ ਉਹਨਾਂ ਦਾ ਆਨਸਰ ਕਰੈਕਟ ਹੋ ਜਾਵੇਗਾ ਹਾਂਜੀ ਵਯੂ ਮੰਡਲ ਵਿੱਚ ਸਭ ਤੋਂ ਵੱਧ ਪਾਈ ਜਾਣ ਵਾਲੀ ਅਕੀਰੀਏ ਗੈਸ ਕਿਹੜੀ ਹੈਗੀ ਹੈ ਤਾਂ ਉਹ ਹੈਗੀ ਜੀ ਆਰਗਨ ਚੱਲਦੇ ਹਾਂ ਜੀ ਨੈਕਸਟ ਕੁਐਸਚਨ ਵੱਲ ਹਾਂਜੀ ਫਰੈਂਡ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਕਰਿਓ ਤੇ ਜਿਆਦਾ ਤੋਂ ਜਿਆਦਾ ਆਪਣੇ ਸਾਥੀਆਂ ਦੇ ਨਾਲ ਵੀਡੀਓ ਨੂੰ ਸ਼ੇਅਰ ਕਰਿਓ ਹਾਂਜੀ ਆਪਣਾ ਨੈਕਸਟ ਕੁਐਸਚਨ ਦਿੱਤਾ ਹੋਇਆ ਹੈ ਹਵਾਈ ਜਹਾਜ਼ਾਂ ਦੀ ਟਾਇਰਾਂ 'ਚ ਕਿਹੜੀ ਗੈਸ ਭਰੀ ਜਾਂਦੀ ਹੈ ਚਾਰ ਆਪਸ਼ਨ ਨੇ ਫਸਟ ਹੈਗਾ ਜੀ ਹੀਲੀਅਮ ਸੈਕਿੰਡ ਆਪਸ਼ਨ ਹੈਗਾ ਹਾਈਡਰੋਜਨ ਥਰਡ ਆਪਸ਼ਨ ਹੈਗਾ ਜੀ ਨਾਈਟ੍ਰੋਜਨ ਤੇ ਫੋਰਥ ਦਿੱਤਾ ਜੀ ਨੀਓਨ ਹਾਂਜੀ ਆਪਾਂ ਦੱਸਣਾ ਹੈ ਕਿ ਹਵਾਈ ਜਹਾਜ਼ਾਂ ਦੇ ਟਾਇਰਾਂ 'ਚ ਕਿਹੜੀ ਗੈਸ ਭਰੀ ਜਾਂਦੀ ਹੈ ਤੁਹਾਡੇ ਕੋਲ 5 ਸੈਕਿੰਡ ਨੇ ਜੀ ਹਾਂਜੀ ਜਿਨ੍ਹਾਂ ਸਾਥੀਆਂ ਨੇ ਇਸ ਕੁਐਸਚਨ ਦਾ ਆਪਸ਼ਨ ਨੰਬਰ ਏ ਚੁਣਿਆ ਜੀ ਹੀਲੀਅਮ ਉਹਨਾਂ ਦਾ ਆਨਸਰ ਕਰੈਕਟ ਹੋ ਜਾਵੇਗਾ ਹਾਂਜੀ ਹਵਾਈ ਜਹਾਜ਼ ਦੇ ਟਾਇਰਾਂ ਵਿੱਚ ਕਿਹੜੀ ਗੈਸ ਭਰੀ ਜਾਂਦੀ ਹੈ ਹੀਲੀਅਮ ਤੁਸੀਂ ਕਮੈਂਟ ਬਾਕਸ 'ਚ ਦੱਸਣਾ ਹੈ ਕਿ ਅੱਜਕੱਲ ਹੀਲੀਅਮ ਦੇ ਥਾਂ ਇੱਕ ਹੋਰ ਗੈਸ ਵੀ ਹਵਾਈ ਜਹਾਜ਼ ਦੇ ਟਾਇਰਾਂ ਵਿੱਚ ਭਰੀ ਜਾਂਦੀ ਹੈ ਉਹ ਤੁਸੀਂ ਕਮੈਂਟ ਬਾਕਸ 'ਚ ਦੱਸਣਾ ਤੇ ਹੀਲੀਅਮ ਕਿਉਂ ਭਰੀ ਜਾਂਦੀ ਹੈ ਕਿਉਂਕਿ ਹੀਲੀਅਮ ਗੈਸ ਹਲਕੀ ਹੁੰਦੀ ਹੈ ਹੀਲੀਅਮ ਤੇ ਆਕਸੀਜਨ ਗੈਸ ਦਾ ਮਿਸ਼ਰਣ ਡੂੰਘੇ ਸਮੁੰਦਰਾਂ ਵਿੱਚ ਹਵਾ ਲੈਣ ਲਈ ਗੋਤਾਖੋਰ ਵੀ ਪ੍ਰਯੋਗ ਕਰਦੇ ਹਨ ਤੇ ਹਾਈਡਰੋਜਨ ਗੈਸ ਸਭ ਤੋਂ ਹਲਕੀ ਹੁੰਦੀ ਹੈ ਤੁਸੀਂ ਇਹ ਵੀ ਦੱਸਣਾ ਹੈ ਕਿ ਹਾਈਡਰੋਜਨ ਗੈਸ ਕਿਉਂ ਨਹੀਂ ਯੂਜ਼ ਕੀਤੀ ਜਾਂਦੀ ਹਵਾਈ ਜਹਾਜ਼ਾਂ ਦੇ ਟਾਇਰਾਂ ਵਿੱਚ ਕਿਉਂਕਿ ਹਾਈਡਰੋਜਨ ਗੈਸ ਵੀ ਸਭ ਤੋਂ ਜ਼ਿਆਦਾ ਹਲਕੀ ਹੈ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਜੀ ਹਾਂਜੀ ਆਪਣਾ ਨੈਕਸਟ ਕੁਐਸਚਨ ਦਿੱਤਾ ਹੋਇਆ ਹੈ ਰਾਸ਼ਟਰੀ ਯੂਵਾ ਦਿਵਸ ਮਨਾਇਆ ਜਾਂਦਾ ਹੈ ਚਾਰ ਆਪਸ਼ਨ ਨੇ ਫਸਟ ਹੈ ਗਜੀ ਰਾਜੀਵ ગાંધી ਸੈਕਿੰਡ ਆਪਸ਼ਨ ਹੈਗਾ ਭਗਤ ਸਿੰਘ 3rd ਆਪਸ਼ਨ ਹੈਗਾ ਜੀ Swami Vivekanand ਤੇ 4th ਹੈਗਾ ਜੀ Mahatma Gandhi ਹਾਂ ਜੀ ਤੁਸੀਂ ਦੱਸਣਾ ਹੈ ਕਿ ਰਾਸ਼ਟਰੀ ਯੁਵਾ ਦਿਵਸ ਕਿੰਨਾਂ ਦੀ ਯਾਦ ਵਿੱਚ ਪਨਾਇਆ ਜਾਂਦਾ ਹੈ ਤੁਹਾਡੇ ਕੋਲ 5 ਸੈਕਿੰਡ ਨੇ ਹਾਂ ਜੀ ਜਿਨ੍ਹਾਂ ਸਾਥੀਆਂ ਨੇ ਇਸ ਕੁਐਸਚਨ ਦਾ অপশন নাম্বার সি ਚੁਣਿਆ ਜੀ Swami Vivekananda ਉਹਨਾਂ ਦਾ ਆਨਸਰ கரੈਕਟ ਹੋ ਜਾਵੇਗਾ ਹਾਂਜੀ ਰਾਸ਼ਟਰੀ ਯੂਵਾ ਦਿਵਸ ਕਿੰਨਾਂ ਦੀ ਯਾਦ ਵਿੱਚ ਪਨਾਇਆ ਜਾਂਦਾ ਜੀ Swami Vivekananda ਜੀ Swami Vivekananda ਜੀ ਦਾ ਜਨਮ 12 ਜਨਵਰੀ 1863 ਇਸ ਵਿੱਚ ਹੋਇਆ ਸੀ ਇਹਨਾਂ ਨੇ ਨਵ ਭਾਰਤ ਦੇ ਨਿਰਮਾਣ ਵਿੱਚ ਐਮ ਭੂਮਿਕਾ ਨਿਭਾਈ ਸੀ ਹਾਂਜੀ ਇਹਨਾਂ ਦਾ ਜਿਹੜਾ ओरिजिनल ਨੇਮ ਹੈਗਾ ਉਹ ਹੈਗਾ ਜੀ ਨਗੇਂਦਰਨਾਥ ਦੱਤਾ ਇਹ ਵੀ ਤੁਸੀਂ ਯਾਦ ਰੱਖਣਾ ਹੈ ਹਾਂਜੀ ਅੱਜ ਦੀ ਵੀਡੀਓ ਦੇ ਲਾਸਟ ਕੁਸ਼ਨ ਵੱਲ ਚੱਲਦੇ ਹਾਂ ਕਿਹੜੀ ਨਦੀ ਡੈਲਟਾ ਨਹੀਂ ਬਣਾਉਂਦੀ ਚਾਰ ਆਪਸ਼ਨ ਨੇ ਫਸਟ ਹੈਗਾ ਜੀ ਕਾਵੇਰੀ ਸੈਕਿੰਡ ਆਪਸ਼ਨ ਹੈਗਾ ਜੀ ਮਹਾਨਦੀ ਥਰਡ ਆਪਸ਼ਨ ਹੈਗਾ ਜੀ ਤਾਪਤੀ ਤੇ ਫੋਰਥ ਹੈਗਾ ਗੋਦਾਵਰੀ ਹਾਂਜੀ ਤੁਸੀਂ ਦੱਸਣਾ ਹੈ ਕਿ ਕਿਹੜੀ ਨਦੀ ਇਹਨਾਂ ਵਿੱਚੋਂ ਡੈਲਟਾ ਨਹੀਂ ਬਣਾਉਂਦੀ ਹਾਂਜੀ ਜੇਕਰ ਤੁਸੀਂ ਇਸ ਕੁਐਸਚਨ ਦਾ ਆਪਸ਼ਨ ਨੰਬਰ ਸੀ ਚੁਣਦੇ ਹੋ ਤਾਂਪਤੀ ਤਾਂ ਤੁਹਾਡਾ ਆਨਸਰ ਕਰੈਕਟ ਹੋ ਜਾਵੇਗਾ ਹਾਂਜੀ ਕਿਉਂਕਿ ਤਾਪਤੀ ਨਦੀ ਦੇ ਪਾਣੀ ਦਾ ਵਹਾ ਬਹੁਤ ਤੇਜ਼ ਹੁੰਦਾ ਹੈ ਇਸ ਕਰਕੇ ਇਹ ਡੈਲਟਾ ਨਹੀਂ ਬਣਾਉਂਦੀ ਹਾਂਜੀ ਫਰੈਂਡ ਅੱਜ ਦੀ ਕੁਇਜ਼ ਨੂੰ ਇੱਥੇ ਸਮਾਪਤ ਕਰਦੇ ਹਾਂ ਕਮੈਂਟ ਬਾਕਸ ਵਿੱਚ ਤੁਸੀਂ ਆਪਣਾ ਸਕੋਰ ਜ਼ਰੂਰ ਦੱਸਣਾ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਕਰਿਓ ਤੇ ਜਿਆਦਾ ਤੋਂ ਜਿਆਦਾ ਆਪਣੇ ਸਾਥੀਆਂ ਦੇ ਨਾਲ ਵੀਡੀਓ ਨੂੰ ਸ਼ੇਅਰ ਕਰਿਓ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਸਾਡੀ ਵੀਡੀਓ ਵੇਖ ਰਹੇ ਹੋ ਤਾਂ ਚੈਨਲ ਨੂੰ ਹਾਂਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਵੀ ਜਰੂਰ ਪ੍ਰੈਸ ਕਰਨਾ ਜਿਸ ਦੇ ਨਾਲ ਤੁਹਾਨੂੰ ਸਾਡੀ ਹਰੇਕ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਟਾਈਮ ਨਾਲ ਮਿਲਦੀ ਰਹੇਗੀ ਹਾਂਜੀ ਮਿਲਦੇ ਆਂ ਜੀ ਨੈਕਸਟ ਵੀਡੀਓ 'ਚ ਉਦੋਂ ਤੱਕ ਦੇ ਲਈ ਟੇਕ ਕੇਅਰ